ਹਾਂਜੀ ਸਟੂਡੈਂਟਸ, ਇੱਕ ਵਾਰ ਫਿਰ ਸਵਾਗਤ। ਲੈ ਕੇ ਹਾਜ਼ਰ ਹੋਏ ਹਾਂ ਇੱਕ ਨਵੀਂ ਜਾਣਕਾਰੀ ETT ਕੇਡਰ ਸੰਬੰਧੀ। ETT ਕੇਡਰ ਦੀ ਭਰਤੀ 2024 ਦੇ ਸੰਬੰਧੀ ਇੱਕ ਨਵੀਂ ਅਪਡੇਟ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ। ਸਿੱਖਿਆ ਵਿਭਾਗ ਦੇ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ। ਸੋ ਇਸ ਪੱਤਰ ਵਿੱਚ ਕੀ ਲਿਖਿਆ, ਹੁਣੇ ਹੁਣੇ ਕਿਹੜੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ, ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਇਸ ਦੇ ਨਾਲ ਹੀ ਤੁਹਾਡੇ ਲਈ ਇੱਕ ਹੋਰ ਜ਼ਰੂਰੀ ਜਾਣਕਾਰੀ ਹੈ। ਹਾਂਜੀ ਸਟੂਡੈਂਟਸ, ਜਾਣਕਾਰੀ ਇਹ ਹੈ ਕਿ ਆਪਣੀ ਐਂਡਰੋਇਡ ਐਪਲੀਕੇਸ਼ਨ ਔਰ iOS ਐਪਲੀਕੇਸ਼ਨ ਹੈ ਜਿਹੜੀ ਉਹ ਬਣ ਕੇ ਤਿਆਰ ਹੋ ਚੁੱਕੀ ਹੈ। ਐਡੂ ਮਿੱਤਰ ਕਲਾਸਿਸ ਦੇ ਨਾਮ ਦੇ ਉੱਪਰ ਆਪਣੀ ਐਪਲੀਕੇਸ਼ਨ ਹੈ। ਪਲੇ ਸਟੋਰ ਅੰਦਰ ਜਾਣਾ, ਐਡੂ ਮਿੱਤਰ ਕਲਾਸਿਸ ਤੁਸੀਂ ਸਰਚ ਕਰਨਾ ਹੈ। ਇਸ ਤਰੀਕੇ ਦਾ ਲੋਗੋ ਆਪਣਾ ਲੱਗਿਆ ਹੋਇਆ, ਇਸ ਨੂੰ ਤੁਸੀਂ ਡਾਊਨਲੋਡ ਕਰ ਲੈਣਾ ਔਰ ਇੰਸਟਾਲ ਕਰ ਲੈਣਾ। ਇਸ ਐਪਲੀਕੇਸ਼ਨ ਦੇ ਅੰਦਰ ਤੁਸੀਂ ਆਪਣੇ ਨੰਬਰ ਦੇ ਨਾਲ ਰਜਿਸਟਰ ਕਰ ਲੈਣਾ ਔਰ ਇਸ ਦੇ ਅੰਦਰ ਤੁਹਾਨੂੰ PS ਟੈਟ, ਮਾਸਟਰ ਕੇਡਰ, ਲੈਕਚਰਰ ਕੇਡਰ, ਪੰਜਾਬ ਪੁਲਿਸ, SSC ਅਤੇ ਹੋਰ ਬਹੁਤ ਸਾਰੇ ਅਨੇਕਾਂ ਹੀ ਐਗਜ਼ਾਮਸ ਦੇ ਲਈ ਮੌਕ ਟੈਸਟ ਜਿਹੜੇ ਟੈਸਟ ਸੀਰੀਜ਼ ਹੈ ਉਹ ਮਿਲ ਜਾਣਗੀਆਂ ਬਹੁਤ ਹੀ ਘੱਟ ਰੇਟ 'ਤੇ। ਸੋ ਜਾ ਕੇ ਜੁਆਇਨ ਜ਼ਰੂਰ ਕਰਨਾ, ਡਾਊਨਲੋਡ ਜ਼ਰੂਰ ਕਰਨਾ। ਕੋਈ ਵੀ ਜੋ ਜਾਣਕਾਰੀ ਹੈ ਲੈਣੀ ਹੋਵੇ ਤਾਂ ਤੁਸੀਂ ਆਪਣੇ ਵਟਸਐਪ ਨੰਬਰ 94-646-13-841 ਔਰ 94-171-8650 ਦੇ ਉੱਪਰ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ। ਸੋ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਹਾਂਜੀ ਸਟੂਡੈਂਟਸ, ਇਹ ਪੱਤਰ ਹੈ ਜਿਹੜਾ ਜਾਰੀ ਹੋਇਆ, ਇਹ ਹੋਇਆ ਜੀ ETT ਟੈਟ ਪਾਸ ਯੂਨੀਅਨ ਨੂੰ ਪੰਜਾਬ ਸਰਕਾਰ ਵੱਲੋਂ ਮੀਟਿੰਗ ਕਰਵਾਉਣ ਦੇ ਸੰਬੰਧੀ। ਮੀਟਿੰਗ ਹੈ ਜਿਹੜੀ ਉਹ 9 ਅਗਸਤ 2024 ਨੂੰ ਦੁਪਹਿਰ 12 ਵਜੇ ਜਿਹੜੀ ਉਹ ਚੰਡੀਗੜ੍ਹ ਪੰਜਾਬ ਭਵਨ ਦੇ ਵਿੱਚ ਰੱਖੀ ਗਈ ਹੈ। ਇਸ ਦੇ ਵਿੱਚ 3-4 ਸਾਥੀਆਂ ਨੂੰ ਸਮੇਂ ਸਿਰ ਹਾਜ਼ਰ ਹੋਣ ਦੇ ਲਈ ਜਿਹੜਾ ਉਹ ਬੁਲਾਇਆ ਗਿਆ ਅਤੇ 1 ਘੰਟਾ ਪਹਿਲਾਂ ਪਹੁੰਚਿਆ ਜਾਵੇ ਇਸ ਨੂੰ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ, ਕਿਉਂਕਿ ਪਾਸ ਵਗੈਰਾ ਬਣਾਉਣ 'ਤੇ ਸਮਾਂ ਲੱਗਦਾ ਹੈ। ਸੋ ਇਸ ਤਰੀਕੇ ਦੇ ਨਾਲ ਇਹ ਪੱਤਰ ਜਾਰੀ ਕਰਕੇ 9 ਅਗਸਤ ਦਾ ETT ਦੇ ਸੰਬੰਧੀ ਜਿਹੜਾ ਇਹ ਮੀਟਿੰਗ ਹੈ ਉਹ ਕਰਾਉਣ ਦੀ ਗੱਲ ਹੋਈ, ਸਾਹਮਣੇ ਨਿਕਲ ਕੇ ਆਈ ਹੈ, ਪੱਤਰ ਜਾਰੀ ਹੋਇਆ। ਸੋ ਇੱਥੇ ਹੁਣ ਜਿਹੜੀਆਂ ETT ਟੈਟ ਪਾਸ ਯੂਨੀਅਨ ਦੀਆਂ ਮੰਗਾਂ ਕੀ ਨੇ ਉਹਨਾਂ ਦੇ ਬਾਰੇ ਜੇਕਰ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਸਭ ਤੋਂ ਵੱਡੀ ਮੰਗ ਹੈ ਕਿ 2024 ਦੇ ਵਿੱਚ ਇੱਕ ਵੱਡੀ ਭਰਤੀ ETT ਦੀ ਹੋਰ ਕੱਢੀ ਜਾਵੇ। ਇਸ ਦੇ ਨਾਲ ਹੀ ETT 6994 ਜੋ ਲਟਕੀ ਹੋਈ ਹੈ, 2364 ਜੋ ਲਟਕੀ ਹੋਈ ਹੈ ਅਤੇ ਹੋਰ ਵੱਖ ਵੱਖ ETT ਦੀਆਂ 2-3 ਕੇਸ ਲੱਗੇ ਹੋਏ ਆ ਪੁਰਾਣੇ, 17 ਵਾਲੇ 18 ਵਾਲੇ। ਸੋ ਉਹਨਾਂ ਸਾਰਿਆਂ ਦਾ ਨਿਬੇੜਾ ਕਰਨ ਲਈ ਅਤੇ ਪੰਜਾਬ ਸਰਕਾਰ ਨੂੰ ਇਹ ਮੰਗ ਪੱਤਰ ਇਸ ਤੋਂ ਪਹਿਲਾਂ ਵੀ ਦਿੱਤੇ ਜਾ ਚੁੱਕੇ ਅਤੇ ਉਸ ਦੇ ਉੱਪਰ ਹੁਣ ਪੰਜਾਬ ਸਰਕਾਰ ਅੱਗੇ ਕੀ ਕਰ ਰਹੀ ਹੈ ਇਸ ਦੀ ਜਾਣਕਾਰੀ ਲੈਣ ਦੇ ਲਈ ਜਿਹੜੇ ਇਹ ਮੀਟਿੰਗ ਹੈ ਉਹ ਰੱਖੀ ਗਈ ਹੈ। ਸੋ ਇਸ ਦੇ ਵਿੱਚ ਕੋਈ ਵੀ ਹੋਰ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹਾਂਗੇ। ਆਪਣੇ ਐਜੂਕੇਸ਼ਨਲ ਵੀਡੀਓਜ਼ ਲਗਾਤਾਰ ਆਪਣੇ ਐਂਡਰੋਇਡ ਐਪਲੀਕੇਸ਼ਨ ਦੇ ਉੱਪਰ ਕੋਰਸ ਇਸ ਦੇ ਵਿੱਚ ਆ ਰਹੀਆਂ ਨੇ। ਸੋ ਪੇਡ ਕੋਰਸ ਤੁਸੀਂ ਲੈ ਸਕਦੇ ਹੋ, PS ਟੈਟ ਦਾ ਕੋਰਸ, ਇਸ ਦੇ ਨਾਲ ਹੀ CDP, ਹਿਸਟਰੀ, ਜੋਗ੍ਰਾਫੀ, ਪੋਲੀਟੀ, ਇਹਨਾਂ ਦੇ ਤੁਸੀਂ ਆਪਣੇ ਕੋਰਸ ਆ ਜਿਹੜੇ ਉੱਥੋਂ ਲੈ ਸਕਦੇ ਹੋ। ਅਤੇ ਇਸ ਦੇ ਨਾਲ ਹੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ 9971-81-650 ਵਟਸਐਪ 'ਤੇ ਸੰਪਰਕ ਕਰ ਸਕਦੇ ਹੋ। ਮਿਲਦੇ ਹਾਂ ਕਿਸੇ ਹੋਰ ਨਵੀਂ ਐਜੂਕੇਸ਼ਨਲ ਵੀਡੀਓ ਦੇ ਵਿੱਚ ਅਤੇ ਜਾਣਕਾਰੀ ਦੇ ਨਾਲ। ਹੁਣ ਲਈ ਇੰਨਾ ਹੀ, ਧੰਨਵਾਦ।